ਕੁਰੈਸ਼ੀ ਆ, ਤੁਹਾਡਾ ਆਪਸ ਵਿੱਚ ਬਹੁਤ ਬੜਾ ਰਿਸ਼ਤਾ ਹੈ। ਦੁਨੀਆ ਦੇ ਉੱਤੇ ਜਿਹੜਾ ਮਹਿਸੂਸ ਕੀਤਾ ਵੈਂਦਾ ਉਹ ਇਹ ਕੀਤਾ ਵੈਂਦਾ ਵੀ ਸ਼ੀਆ ਜਿਹੜੇ ਉਹ ਹੁਸੈਨ ਦੇ ਆਸ਼ਿਕ ਹਨ, ਸੁਨੀਆਂ ਨੂੰ ਆਖਿਆ ਵੈਂਦਾ ਮੀਆਂ ਇਹ ਰਸੂਲ ਦੇ ਆਸ਼ਿਕ ਹਨ। ਬਈਆਂ ਨੂੰ ਪਤਾ ਹੀ ਨਹੀਂ ਲੱਗਾ ਜੋ ਇਹਨਾਂ ਦਾ ਆਪਸ ਵਿੱਚ ਰਿਸ਼ਤਾ ਕਿ ਹੁਣ ਕੋਈ ਵੰਨੇ ਬਈ ਆਸ਼ਿਕ ਰਸੂਲ ਹੈ ਤਾਂ ਉਹ ਆਸ਼ਿਕ ਹੁਸੈਨ ਹੋ ਸੀ, ਆਸ਼ਿਕ ਰਸੂਲ ਹੈ ਤਾਂ ਆਟੋਮੈਟਿਕਲੀ ਉਹ ਆਸ਼ਿਕ ਹੈ, ਅਤੇ ਜਿਹੜਾ ਆਸ਼ਿਕ ਹੁਸੈਨ ਹੋ ਸੀ ਉਹ ਆਟੋਮੈਟਿਕਲੀ ਆਸ਼ਿਕ ਰਸੂਲ ਹੋ ਸੀ। ਲਿਹਾਜ਼ਾ ਸਾਡੇ ਸੁੰਨੀ ਵੀਰਾਂ ਨੂੰ ਮੈਂ ਦਾਵਤ ਦੇ ਕੇ ਪਿਆ ਦਾਂ, ਤੁਹਾਡਾ ਸਾਡਾ ਇੱਕ ਬਹੁਤ ਵੱਡਾ ਰਿਸ਼ਤਾ ਹੈ, ਤੁਹਾਨੂੰ ਤਾਂ ਫਰਕੇ 'ਚ ਪਵਣ ਦੀ ਲੋੜ ਕੋਈ ਨਹੀਂ, ਜੋ ਤੁਸੀਂ ਉਹ ਆਸ਼ਿਕ ਰਸੂਲ ਅਤੇ ਆਸ਼ਿਕ ਰਸੂਲ ਬਣਨ ਦੀ ਚਸਤਾ ਹੈ ਜੋ ਇਹ ਹੁਸੈਨ ਦਾ ਨਾਨਾ, ਇਹ ਹੁਸੈਨ ਦਾ ਨਾਨਾ ਤੁਹਾਡਾ ਸਾਡਾ ਇਹ ਰਿਸ਼ਤਾ, ਸਾਨੂੰ ਤਫਰਕੇ ਫੈਲਾਵਣ ਦੀ ਜ਼ਰੂਰਤ ਨਹੀਂ, ਸਾਨੂੰ ਉਹਨਾਂ ਤੋਂ ਮੁਹਤਾਤ ਰਹਿਣਾ ਚਾਹੀਦਾ ਜਿਹੜੇ ਇਹਨਾਂ ਦੋਵਾਂ ਹਸਤੀਆਂ ਨੂੰ ਨਹੀਂ ਮੰਨਦੇ। ਠੀਕ ਹੈ ਬਾਬਾ, ਦਿਲ ਹੋਵੇ ਤਾਂ ਸੁਣਾਵਾਂ ਚਨਾਤ। ਓਏ ਯਾ ਨਬੀ 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 ਯਾ ਨਬੀ
ਉਹ ਕੋਈ ਸਾਈ ਘੱਟੀ ਮੀ ਚੇਤਾ ਹੋਣ ਆਇਆ ਬੈਠਾ ਹੀ ਨਾ ਕਹਿ ਕੇ ਆ ਰਹੇ ਪਤਾ ਲੱਗਾ ਸੀ ਮੈਂ ਤਾਂ ਮਦਨੀ ਦੀ ਆ ਮਦਨ ਬੜਾ ਖੁਸ਼ ਇਹ ਹਕੀਕਤ ਹੈ ਕਿਉਂਕਿ ਬਾਵੇ ਹੋਰਾਂ ਵੀ ਮੈਂ ਦੱਸਿਆ ਬਈ ਸਾਡੀ ਖੁਸ਼ੀ ਹੈ ਅਤੇ ਅੱਜ ਦੀ ਰਾਤ ਹੀ ਬੜੀ ਖੁਸ਼ੀ ਦੀ ਮੇਰਾ ਦਿਲ ਆਦਾ ਨਹੀਂ ਮੈਂ ਤੁਸੀਂ ਖੁਸ਼ ਬੈਠੇ ਹੋ ਨਾ ਇਹ ਤੁਹਾਨੂੰ ਇਹ ਖੁਸ਼ੀ ਸੁਣਾ ਵਾਂ ਖੁਸ਼ੀ ਜਿਵੇਂ ਖੁਸ਼ ਬੈਠੇ ਹੋ ਨਾ ਮੌਲਾ ਗਵਾਹ ਜਿਹੜੀ ਖੁਸ਼ੀ ਮੈਂ ਹੁਣ ਵੀ ਪੜਦਾ ਇਹ ਨਹੀਂ ਤਾਂ ਤੁਹਾਨੂੰ ਕੰਮ ਜਿਹੜਾ ਅਲੀਓ ਪੜਦਾ ਉਹ ਤਾਂ ਫਿਰ ਖੁਸ਼ ਹੋ
حیران ہاں مولا گوائے شاہ جی میں کوئی آسرا کیتے ہیں بسم اللہ کرا ایسا شیر سے آخری شیر میرا دل لے میں سنا کے کوئی گل نہیں تھک ضرور پائے ہو لیکن بزرگ بھائیوں دیکھنا میرے پاس چھوڑا